moja bade baduk degene, ode haye ne kiti, ani babiya pasniya kagaya, ode haye ne kiti, inke deshya de alke de tiir vareya, ode bi haye ne kiti, maan dilaj rakhya de, tiir vajan haye naam kareya de, ajo maan dilaj rakhte ayo, ye tu lasha vapas ayo. چلے غیر مرد کوئی نہیں پر پھر بھی بیٹی ذرا پیشانی کج کے رکھ کر کے ویک کے ماں کو کہنا اب یہ قرآن پڑھ دیا کہ لگتا جی میں رب نہ گلا کر لیا پتہ ہی نہیں لگے قرآن پڑھیا جا رہے تو حضرت سید زینب سلام اللہ تعالی علیہا کا کردار جس حوالے پر بھی دیکھو نوجوانوں جب امام علی مقام رضی اللہ تعالی عنہ شہید ہوئے نا اس ویلے حوصلے سنبھال کے رکھنا بڑے اوکھے کام سن پر اس ویلے زینب سی جڑے حوصلے سارے کو دے رہی اپنے آپ کو بھی سنبھالیا جن کے پتر دیا لاشا پہ ہو جن کے ویران دیا لاشا پہ ہو کربلا پڑی گئے تو پتا چل جائے کہ مدینے تو لے کے کربلا تک امام حسین سن پر کربلا تو لے کے مڑ مدینے تک زینب حسین بن گئی کربلا تو لے کے واپس مدینے آمد تک زینب حسین بن گئی سی چھٹی
ابو
ابو بکر صدیق عمر فاروق حضرت ام ایمن جنہاں نے نبی پاک نو پالیا سی ام ایمن نو ملے جاندے سن جویں تو میری زیارت واسطے آنا ہے گرامی قدر حضرات میں اس واسطے کہہ رہا کہ اس بی بی دے سلام عرض کرو سبحان اللہ گرامی قدر حضرات میں کیڑا رنگ دیواں او دے نام دے کسے دا امتحان بڑا ڈھاگا آ گیا فرما دیا میرا
ਪਰ ਮੇਰਾ ਦਿਲ ਕਰਦਾ ਕਿ ਭੈਣਾ ਆਪਣੇ ਵੀਰਾਂ ਦੇ ਸਦਕੇ ਦੇ ਵੀਰਾਂ ਨੇ ਜਦੋਂ ਡੁੱਬਦੇ ਵੇਲੇ ਆ ਜਾਂ ਤੇ ਭੁੱਖਾ ਮੇਰਾ ਤੇ ਮੈਂ ਤੇਰਾ ਸਦਕਾ ਕਰਬਲਾ ਚ ਨਾ ਦੇ ਦੇਵਾਂ। ਇਮਾਮ ਅਲੀ ਮੁਕਾਮ ਸਿਰ ਤੇ ਹੱਥ ਰੱਖ ਕੇ ਫਰਮਾਨ ਲੱਗੇ, ਮੈਨੂੰ ਪਤਾ ਤੂੰ ਬੜੀ ਸਖੀਆਂ ਜ਼ਾਦਾ ਦੀ ਬੇਟੀ ਹੈ, ਤੇਰੇ ਵਰਗੀ ਸਖੀਆਂ ਕੌਣ ਹੋਵੇਗੀ। ਫਰਮਾਨਦੇ ਨੇ, ਮੈਨੂੰ ਪਤਾ ਹੈ ਤੂੰ ਸਦਕਾ ਦੇਵਾਂ ਤੇ ਆਵੇਂ ਤੇ ਸਭ ਕੁਛ ਹੁਸੈਨ ਤੋਂ ਲੁਟਾ ਦੇਵੇਂ, ਪਰ ਤੂੰ ਵੀ ਪਰਦੇਸਣ ਹੈ ਤੇ ਮੈਂ ਵੀ ਪਰਦੇਸੀ ਬਣ ਕੇ ਬੈਠਾ। ਆਪ ਨੇ ਫਰਮਾਇਆ, ਜ਼ੈਨਬ ਇੱਥੇ ਕਰਬਲਾ ਦੇ ਮੈਦਾਨ ਜੋ ਹਮ ਖਾ ਦਾ ਸਦਕਾ ਦੇਈਏ, ਇੱਥੇ ਤੇ ਪੀਣ ਨੂੰ ਪਾਣੀ ਕੋਈ ਨਹੀਂ ਤੇ ਖਾਣ ਨੂੰ ਖਾਣਾ ਵੀ ਕੋਈ ਨਹੀਂ। ਨੌਜਵਾਨ ਉੱਤਰ ਹੋ ਜਾਊਗੀ। ਉਸ ਵੇਲੇ ਸੀਗੇ ਜ਼ੈਨਬ ਨੇ ਆਪਣੀ ਕੰਢ ਮੁਬਾਰਕ ਦੇ ਪਿੱਛੋਂ ਆਪਣੇ ਛੋਟੇ ਛੋਟੇ ਦੋ ਪੁੱਤਰ ਨਿਕਾਲੇ, ਇੱਕ ਦਾ ਨਾਮ ਖੋਨ ਹੈ ਤੇ ਇੱਕ ਦਾ ਨਾਮ ਮੁਹੰਮਦ ਹੈ, ਇੱਕ ਦਾ ਨਾਮ ਆਉਣ ਤੇ ਇੱਕ ਦਾ ਨਾਮ ਮੁਹੰਮਦ ਹੈ। ਸਾਹਮਣੇ ਕਰਕੇ ਫਰਮਾਨ ਲੱਗੀ, ਅਮੀਰਾ ਭੈਣਾਂ ਸਦਕੇ ਦੇਦੀਆਂ ਨੇ, ਪਰ ਅੱਜ ਮੇਰਾ ਦਿਲ ਕਰਦਾ ਮੈਂ ਤੇਰਾ ਵੱਡਾ ਹੀ ਸਦਕਾ ਦੇਵਾਂ। ਜੇ ਮੁਸੀਬਤ ਵੱਡੀ ਹੈ ਤੇ ਸਦਕਾ ਵੀ ਵੱਡਾ ਹੀ ਹੋਵੇ। ਮੇਰਾ ਦਿਲ ਕਰਦਾ ਮੈਂ ਆਪਣੇ ਪੁੱਤਰ ਹੀ ਤੇਰੇ ਤੋਂ ਸਦਕੇ ਕਰ ਦੇਵਾਂ, ਮੈਂ ਤੇਰੇ ਤੋਂ ਆਪਣੇ ਪੁੱਤਰ ਵਾਰ ਦੇਵਾਂ। ਇਮਾਮ ਅਲੀ ਮੁਕਾਮ ਨੇ ਆਪਣੇ ਭਾਂਜਿਆਂ ਨੂੰ ਫੜ ਕੇ ਸੀਨੇ ਲਾ ਲਿਆ, ਫਰਮਾਇਆ ਨਾਮ ਜ਼ੈਨਬ ਤੁਹਾਨੂੰ ਜਦੋਂ ਨਾਨਕ ਆਵਾਂ ਨਾ ਤੇ ਨਾਨਕ ਦੋ ਤਿੰਨਾਂ ਨੂੰ ਤੋਹਫੇ ਦੇ ਕੇ ਭੇਜਦੇ ਨੇ। ਗਰਮੀਆਂ ਦੀਆਂ ਛੁੱਟੀਆਂ ਆਈਆਂ ਤੇ ਬੱਚੇ ਨਾਨਕੇ ਜਾਂਦੇ ਸਨ, ਉਹ ਯਾਰ ਜਦੋਂ ਨਾਨਕੇ ਤੋਂ ਲੌਟ ਕੇ ਆਉਂਦੇ ਤੇ ਨਾਨਕੇ ਬੱਚਿਆਂ ਨੂੰ ਤੋਹਫੇ ਦੇ ਕੇ ਭੇਜਦੇ ਸਨ। ਮੇਰੇ ਇਮਾਮ ਨੇ ਫਰਮਾਇਆ, ਜ਼ੈਨਬ ਮੈਂ ਵੀ ਇਹਨਾਂ ਦੇ ਨਾਨਕ ਆਵਾਂ। ਫਰਮਾਇਆ ਜਦੋਂ ਭਾਜੇ ਆਵਾਂ ਤੇ ਮਾਮੋ ਤੇ ਨਾਨਕ ਉਹਨਾਂ ਤੋਹਫੇ ਦੇ ਕੇ ਭੇਜਦੇ ਨੇ। ਮੈਂ ਆਪਣੀ ਭੈਣ ਜ਼ੈਨਬ ਦਾ ਪਰਦੇਸਾ ਤੇ ਲਿਆ ਕੇ ਵਿਹੜਾ ਕਿਵੇਂ ਉਜਾੜ ਦੇਵਾਂ। ਫਰਮਾਇਆ ਨਾ ਜ਼ੈਨਬ, ਆਪਣੇ ਪੁੱਤਰਾਂ ਨੂੰ ਖੇਤ ਚ ਲੈ ਜਾ, ਇਹਨਾਂ ਨੂੰ ਪਾਲ ਕੇ ਜਵਾਨ ਕਰੀ ਬਣਿਆ ਕਿ ਮੁਹੰਮਦ ਦੇ ਦੀਨ ਦੀ ਰਾਖੀ ਕਰਨਗੇ, ਵੱਡੇ ਆ ਕੇ ਨਬੀ ਪਾਕ ਦੇ ਦੀਨ ਦੀ ਖਿਦਮਤ ਤੇ ਪਹਿਰੇਦਾਰੀ ਕਰਨਗੇ। ਸੈਯਦ ਜ਼ੈਨਬ ਨੇ ਹੱਥ ਜੋੜਨੇ, ਰੋ ਕੇ ਫਰਮਾਨ ਲੱਗੀ, ਅਮੀਰਾ ਜਦੋਂ ਇਹ ਅਮੀਰ ਆਇਆ ਉਸ ਦੀ ਵੇ ਲਾਇਆ ਸਜਦੇ ਚ ਪਏ ਹੋਏ ਨੇ।
ਕਿੱਦਾਂ ਕਰਦੇ ਨੇ ਗੇ ਜੀਤੀਆਂ
ਨੂੰ ਸਫੇ ਮਾਤਾ ਵਿਛਾਈ ਜਾ ਰਹੇ ਯਜ਼ੀਦੀਆਂ ਦੀਆਂ ਲਾਸ਼ਾਂ ਦੇ ਢੇਰ ਲਗਾਈ ਜਾ ਰਹੇ ਪੁੱਛਿਆ ਕਿ ਕੌਣ ਨੇ ਆਖਿਆ ਹੁਸੈਨ ਦੇ ਪੰਜ ਨਹੀਂ ਅਲੀ ਦੇ ਪੁੱਤਰ ਜ਼ੈਨਬ ਦੇ ਬੇਟੇ ਨੇ ਉਹਨੇ ਆਖਿਆ ਸ਼ੇਰਾਂ ਦੇ ਪੁੱਤਰ ਸ਼ੇਰ ਨਹੀਂ ਆਉਂਦੇ ਨੇ ਨੌਜਵਾਨੋਂ ਵੱਡੇ ਤੇ ਬਾਹਰ ਹੋਇਆ ਉਹਦਾ ਬਾਜ਼ੂ ਹੀ ਉੱਤਰ ਗਿਆ ਛੋਟਾ ਲੇਟ ਗਿਆ ਉਹਨੇ ਛੋਟੇ ਦੇ ਬਾਹਰ ਕੀਤਾ ਉਹਦਾ ਵੀ ਬਾਜ਼ੂ ਹੀ ਉੱਤਰ ਗਿਆ ਪੀਰਾਂ ਦੀ ਬਾਰਿਸ਼ ਹੋ ਗਈ ਬੱਚੇ ਸਾਹਮਣੇ ਵੱਲ ਵੇਖ ਕੇ ਕਹਿਣ ਲੱਗੇ ਅੰਮਾਂ ਤੇਰੀ ਲਾਜ ਰੱਖੀ ਅੱਜ ਨਹੀਂ ਸੈਯਦਾ ਜ਼ੈਨਬ ਬੋਲ ਕੇ ਫਰਮਾਉਂਦੇ ਨੇ ਮੈਂ ਲੜੀ ਜਾਊਂ ਤੇ ਤੁਸੀਂ ਫੜੀ ਫਿਰਾ ਰਹੇ ਹੋ ਫਰਨਾ ਨਾ ਤੁਹਾਡੇ ਨਾਲ ਵੀ ਫਿਰਾ ਰਹਾ ਲਾਜ ਰੱਖੀ ਸੈਯਦਾ ਜ਼ੈਨਬ ਉਸ ਵੇਲੇ ਪੁੱਤਰਾਂ ਵੱਲ ਵੇਖਿਆ ਵੇਖ ਕੇ ਫਰਮਾਨ ਲੱਗੀਆਂ ਬੇਸ਼ੱਕ ਪੁੱਤਰ ਪਿਆਰ ਨੇ ਕਮਾਉਂਦੀਆਂ
لکھاں پیار نے کمانیاں سکیاں بھی ہون پاوے بچے نہیں کمانیاں اکھیا پیرا میں تیرے تو آ رہے فرما دیا سونے جوندہ رب تیرا دانو لابو دیم وہ جو تیری نسل قیامت تک سے یہ زٹوری پہنے سبحان اللہ تیری تے نسل بچ گئی تے میرے تے دو ہی سن سبحان اللہ وہ بھی تیرے تو بار چلی گئی یار حسین علی مقام دی قربانی بڑی وڈی ہے پر زینب دی قربانی اور بھی تیرے کو کہتے ہیں تیری تے نسل تو بنی ہے قیامت نہ تے نسل ہی تیرے تو بار چلی گئی فرما دیئے جو دے رہن تیرے قیامت تک سید زادے ثابت کیتا کہ وہ علی دی دید زہرا دی بیٹی تے محمد مصطفیٰ دی بہن دوتری سیدہ زینب صلی اللہ تعالی علیہا دا با دا کردار کیوں نہیں یاد یزیدیاں نے اپنی لاشاں دفن کر دیا محمد گلشن جی بکھرے زینب سے جنہیں رات نو 71 لاشاں دا ڈھیر کٹھا کیتا عورت ایک منگت ویکھ لوے تے بے ہوش ہو جاندی محمد مدینے شیر سوتے ہو مبارک تو مزید گفتگو کریں گے اللہ تعالیٰ ساری حاضری بنا پاک بارگاہ وچ قبول فرمائے